ਮੇਰੇ ਦਿਲ ਤਾਂ ਖਿਡਾਉਣਾ ਨਾਲ ਲੈ ਜਾ ਕਦੇ ਕਦੇ ਕੇ ਦਿਲਿਆ ਕਰੀ ਚੱਲ ਕਰ ਗਏ ਫਿਰ ਭਾਵੇਂ ਹੋਵੇ ਅਮਰੀਕਾ ਭਾਵੇਂ ਹੋਵੇ ইংল্যান্ড ਚਾਰ ਪਾਸੇ ਹੀ ਪੰਜਾਬੀ ਬਣ ਬੈਠੇ ਨੇ ਪਰਾਇਦੇ ਨਰਮਲ ਸਿੱਧੂ ਸਾਹਿਬ ਜਿਹੜੇ ਕਿ ਗਾਇਕੀ ਦੇ ਨਾਲ ਨਾਲ ਉੱਚ ਵਿਦਿਆ ਉਹਨਾਂ ਨੇ ਹਾਸਲ ਕੀਤੀ ਸੰਗੀਤ ਦੇ ਖੇਤਰ ਦੇ ਵਿੱਚ ਅਤੇ ਉਹ ਕੰਪੋਜ਼ਰ ਵੀ ਹਨ ਸੰਗੀਤਕਾਰ ਹਨ ਅੱਜ ਸਾਡੇ ਸਟੂਡੀਓ ਦੇ ਵਿੱਚ ਹਨ ਆ ਦੇਸ਼ ਪ੍ਰਦੇਸ਼ ਟੀਵੀ ਅਤੇ ਰੈਡ ਐਫ ਐਮ ਦੇ ਸਾਰੇ ਹੀ ਸਰੋਤਿਆਂ ਵੱਲੋਂ ਦਰਸ਼ਕਾਂ ਵੱਲੋਂ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਠਵਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੁਸੀਂ ਮੈਨੂੰ ਬੜਾ ਕੀਮਤੀ ਸਮੇਂ ਵਿੱਚੋਂ ਕੁਝ ਸਮਾਂ ਆਪਣੇ ਸਰੂਚਾ ਦੇ ਨਾਲ ਗੱਲਬਾਤ ਕਰਨ ਲਈ ਬੁਲਾਇਆ ਤੇ ਥੈਂਕ ਯੂ ਦੇਖੋ ਜੀ ਸੋਰ ਪੰਜਾਬ ਦੇ ਪ੍ਰੋਗਰਾਮ ਹੋਵੇ ਤੇ ਉਹਦੇ ਵਿੱਚ ਫਿਰ ਸੁਰੀਲੇ ਕਲਾਕਾਰਾਂ ਦੇ ਵਾਸਤੇ ਆਰਟਿਸਟਾਂ ਦੇ ਵਾਸਤੇ ਤਾਂ ਖੁਸ਼ੀ ਦੀ ਗੱਲ ਤੁਨ ਪਾਕ ਹੁੰਦੇ ਆ ਕਿਉਂਕਿ ਅੱਜ ਕੱਲ ਸੰਗੀਤ ਦਾ ਪਤਾ ਹੈ ਜੀ ਸੰਗੀਤ ਦੇ ਨਾਂ ਦੇ ਉੱਤੇ ਬਖੋਤੀ ਕਲਾਕਾਰਾਂ ਨੇ ਬਹੁਤ ਪ੍ਰਦੂਸ਼ਨ ਵੀ ਕਹੂੰਗਾ ਪਰ ਫਿਰ ਵੀ ਚੰਗੇ ਕਲਾਕਾਰਾਂ ਦੀ ਹੋਂਦ ਖਤਮ ਨਹੀਂ ਹੋਈ ਤੁਸੀਂ ਤਾਂ ਬਹੁਤ ਲੰਮੇ ਸਮੇਂ ਤੋਂ ਇਸ ਖੇਤਰ ਦੇ ਵਿੱਚ ਹੋ ਜੀ ਔਰ ਗੱਲ ਕਰੀਏ ਤਾਂ ਤੁਹਾਡਾ ਜਿਹੜੀ ਸ਼ੁਰੂਆਤ ਆ ਕਿਵੇਂ ਹੋਈ ਸੰਗੀਤ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਸੀ ਜਾਂ ਤੁਹਾਡੀ ਚੇਟਕ ਕਿਵੇਂ ਸੰਗੀਤ ਵੱਲ ਲੱਗੀ ਭਾਜੀ ਵੈਸੇ ਤਾਂ ਸਚਾਈ ਇਹ ਹੈਗੀ ਆ ਵੀ ਜਿਹੜਾ ਸੰਗੀਤ ਹੈ ਸੰਗੀਤ ਵਪਾਰ ਕਰਨ ਵਾਸਤੇ ਬਣਿਆ ਨਹੀਂ ਸੀਗਾ ਜੀ ਸੰਗੀਤ ਬਣਿਆ ਸੀਗਾ ਰੱਬ ਦੇ ਨਾਲ ਜੁੜਨ ਵਾਸਤੇ ਇਬਾਦਤ ਇਬਾਦਤ ਜਾਂ ਆਪਦੇ ਮਨ ਦੀ ਸ਼ਾਂਤੀ ਲਈ ਕਿਉਂਕਿ ਇਨਸਾਨ ਜੰਗਲਾਂ ਦੇ ਵਿੱਚ ਰਹਿੰਦਾ ਸੀਗਾ ਤੇ ਉਦੋਂ ਕੋਈ ਸਿਨਮੇ ਹਾਲ ਥੋੜੀ ਸੀਗੀ ਟੈਲੀਫੋਨ ਥੋੜੇ ਸੀਗੇ ਜੀ ਤਾਂ ਸੰਗੀਤ ਦੀ ਉਤਪਤੀ ਇਸ ਚੀਜ਼ ਵਾਸਤੇ ਹੋਈ ਸੀ ਇਨਸਾਨ ਨੂੰ ਤੰਦਰੁਸਤ ਰੱਖਣ ਲਈ ਇਨਸਾਨ ਨੂੰ ਖੁਸ਼ ਰੱਖਣ ਲਈ ਜਾਂ ਪ੍ਰਮਾਤਮਾ ਦੇ ਨਾਲ ਜੁੜਨ ਲਈ ਬਟ ਇਸ ਤਰ੍ਹਾਂ ਕਿ ਅੱਜ ਦਾ ਸੰਗੀਤ ਤਾਂ ਤੁਹਾਨੂੰ ਤੁਸੀਂ ਦੱਸ ਹੀ ਚੁੱਕੇ ਹੋ ਪਰ ਮੈਨੂੰ ਇਹ ਹੈ ਕਿ ਸੰਗੀਤ ਦਿੱਤਾ ਵੀ ਪਰਮਾਤਮਾ ਨੇ ਹੀ ਹੈ ਮਤਲਬ ਮੇਰੇ ਪਰਿਵਾਰ ਦੇ ਵਿੱਚ ਇੱਕ ਬੜੇ ਗਰੀਬ ਜੀ ਮਤਲਬ ਪਰਿਵਾਰ ਦੇ ਵਿੱਚ ਜ਼ਿਮੀਂਦਾਰ ਪਰਿਵਾਰ ਦੇ ਵਿੱਚ ਪੈਦਾ ਹੋਏ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਲਾਊਡ ਸਪੀਕਰ ਤੇ ਜਿਸ ਵੇਲੇ ਸਵੇਰ ਸ਼ਾਮ ਪਾਠ ਹੁੰਦਾ ਸੀਗਾ ਤੇ ਉਹ ਜਿਹੜਾ ਲਾਊਡ ਸਪੀਕਰ ਤੇ ਜਿਹੜੀ ਸਾਊਂਡ ਆਉਂਦੀ ਸੀ ਨਾ ਉਹ ਸਾਊਂਡ ਬੜੀ ਚੰਗੀ ਲੱਗਦੀ ਸੀਗੀ ਤੇ ਮੈਂ ਗੁਰਦੁਆਰਾ ਸਾਹਿਬ ਚਲਾ ਜਾਂਦਾ ਸੀਗਾ ਫਿਰ ਉੱਥੇ ਪਾਠ ਕਰਨ ਲੱਗ ਪਿਆ ਫਿਰ ਇਸ ਤਰ੍ਹਾਂ ਹੀ ਵੀ ਜਿੱਦਾਂ ਇੱਕ ਸਟੈਪ ਅੱਗੇ ਆ ਕੇ ਫਿਰ ਮੈਂ ਕੀਰਤਨ ਕਰਨ ਲੱਗ ਪਿਆ ਫਿਰ ਨੈਕਸਟ ਸਟੈਪ ਮੇਰਾ ਟਾਡੀ ਮੈਂ ਬਣ ਗਿਆ ਮਤਲਬ ਬਹੁਤ ਕੁਝ ਕੀਤਾ ਉਸ ਤੋਂ ਬਾਅਦ ਫਿਰ ਮੈਨੂੰ ਕੋਈ ਇੱਕ ਐਸੇ ਇਨਸਾਨ ਮਿਲੇ ਮਾਸਟਰ ਨਗਿੰਦਰ ਸਿੰਘ ਚਾਹਲ ਜਿਹੜੇ ਉਰਦੂ ਫਾਰਸੀ ਦੇ ਬਹੁਤ ਗਿਆਤਾ ਸੀਗੇ ਉਹਨਾਂ ਨੇ ਮੈਨੂੰ ਕਿਹਾ ਵੀ ਕਹਿੰਦੇ ਯਾਰ ਮੈਂ ਉਦੋਂ ਕੋਈ ਮਤਲਬ ਆਹ ਹੀ 12 14 ਸਾਲ ਦਾ ਸੀਗਾ ਤੇ ਉਹ ਕਹਿੰਦੇ ਤੇਰੀ ਟੈਲੈਂਟ ਬਹੁਤ ਹੈ ਪਰ ਇਹ ਟੈਲੈਂਟ ਤੇਰਾ ਜਿਹੜਾ ਹੈਗਾ ਇਹ ਕਿਸੇ ਦਿਸ਼ਾ ਦੇ ਵੱਲ ਨਹੀਂ ਜਾ ਰਿਹਾ ਤੇ ਬਕਾਇਦਾ ਤੌਰ ਤੇ ਸਿੱਖ ਤੇ ਫਿਰ ਮੈਨੂੰ ਫਾਜ਼ਿਲਗਾ ਲੈ ਕੇ ਗਏ ਆਪਣੇ ਕੋਲ ਤੇ ਫਾਜ਼ਿਲਗਾ ਫਿਰ ਮੈਂ 6 ਸਾਲ ਬਕਾਇਦਾ ਕਲਾਸਿਕਲ ਸੰਗੀਤ ਦੀ تعلیم ਲਈ ਪ੍ਰਾਚੀਨ ਕਲਾ ਕੇਂਦਰ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਉੱਥੇ ਫਿਰ ਮੇਰੇ ਗੁਰੂ ਜੀ ਪ੍ਰੋਫੈਸਰ ਕ੍ਰਿਸ਼ਨ ਸ਼ਾਂਤ ਜੀ ਜਿਹੜੇ ਪੀ ਐਚ ਡੀ 뮤직 ਸੀਗੇ ਉਹਨਾਂ ਤੋਂ ਮੈਂ ਸਿੱਖਿਆ ਬਸ ਫਿਰ ਉਹ ਇਹ ਹੈ ਵੀ ਹਾਥੀ ਦੀ ਪੈੜ ਦੇ ਵਿੱਚ ਸਾਰੀਆਂ ਪੜਾਂ ਆ ਜਾਂਦੀਆਂ ਫਿਰ ਚਾਹੇ ਤੁਸੀਂ ਗਾਣਾ ਗਾਈ ਚੱਲੋ ਚਾਹੇ ਤੁਸੀਂ ਕਾਫੀ ਗਜ਼ਲ ਗਾਈ ਚੱਲੋ ਤੇ ਚਾਹੇ ਤੁਸੀਂ ਇਨਸਟਰੂਮੈਂਟ ਵਜਾਈ ਚੱਲੋ ਚਾਹੇ ਗੀਤ ਲਿਖੀ ਚੱਲੋ ਚਾਹੇ ਪਰਫਾਰਮੈਂਸ ਕਰੀ ਚੱਲੋ ਉਹ ਸਿੱਖਿਆ 6 ਸਾਲ ਦਾ ਜਿਹੜਾ ਮੇਰਾ ਤੇ ਪ੍ਰਮਾਤਮਾ ਦੀ ਜਿਹੜੀ ਬਖਸ਼ਿਸ਼ ਬਾਣੀ ਤੋਂ ਹੋਈ ਹੈ ਮੈਂ ਸਮਝਦਾ ਵੀ ਉਹ ਅੱਜ ਇਸ ਗੱਲ ਨੂੰ 50 ਸਾਲੀ ਹੋ ਗਏ ਹੈ ਲੇਕਿਨ ਅੱਜ ਵੀ ਪ੍ਰਮਾਤਮਾ ਦੀ ਬਖਸ਼ਿਸ਼ ਹੈ ਕਿ ਪਾਈਪ ਲਾਈਨ ਦੇ ਵਿੱਚ ਘਟੋਗੜ 20 30 ਗਾਣੇ ਪਾਈਪ ਲਾਈਨ ਚ ਹੁੰਦੇ ਆ ਲੋਕ ਪਿਆਰ ਕਰਦੇ ਆ ਜਿਹੜਾ بیس ਆ ਨਾ ਜਿਹੜਾ ਤੁਸੀਂ ਕਲਾਸਿਕਲ ਦੀ ਗੱਲ ਕਰਦੇ ਹੋ ਉਸਤਾਦਾਂ ਦੀਆਂ ਜਿਹੜੀਆਂ ਸਿੱਖਿਆਮਾਂ ਹੈਗੀਆਂ ਹਰ ਫੀਲਡ ਦੇ ਵਿੱਚ ਤੁਸੀਂ ਫਿੱਟ ਬੈਠਦੇ ਹੋ ਤੁਹਾਡੇ ਗੀਤ ਸਰੋਤੇ ਨੂੰ ਪਤਾ ਜਿਸ ਤਰ੍ਹਾਂ ਬੀਟ ਸੰਗਸ ਹੈਗੇ ਆ ਸਲੋ ਸੰਗਸ ਹੈਗੇ ਆ ਹਰ ਕਲੱਬ ਹਰ ਪੱਬ ਹਰ ਯੂਨੀਵਰਸਿਟੀ ਹਰ ਵਿਆਹ ਹਰ ਮੇਲੇ ਤੇ ਗਾਣੇ ਵੱਜਦੇ ਆ ਬੀਟਸ ਹੈਗੇ ਆ ਤੁਸੀਂ ਤਾਂ ਹੁਣ ਸਾਰੇ ਦੌਰ ਦੇਖੇ ਆ ਕਦੇ ਕਦੇ ਖੇਡ ਲਿਆ ਕਰੀ ਹਨਾ ਆ ਤੁਹਾਡੀ ਜਿਹੜੀ ਟੇਪ ਆ ਕਿੰਨੀ ਹਿੱਟ ਹੋਈ ਸੀ ਜੀ ਵਨ ਟੇਕ ਹੋਇਆ ਕਰਦੇ ਸੀ ਤੇ ਹੁਣ ਤੁਸੀਂ ਰਿਕਾਰਡ ਕਰਦੇ ਹੋ ਆ ਅਲੱਗ ਤੌਰ ਤੇ ਸੰਗੀਤ ਵੀ ਐਡ ਹੋ ਜਾਂਦਾ ਮਾਈਨਸ ਵੀ ਹੋ ਜਾਂਦਾ ਰੀਟੇਕ ਹੋ ਜਾਂਦੇ ਆ ਕਿ ਕਲਾਇੰਟ ਅਪ ਹੋ ਜਾਂਦੀ ਹੈ ਕਿਵੇਂ ਲੱਗਦਾ ਤੁਹਾਨੂੰ ਉਸ ਦੌਰ ਦਾ ਤੇ ਇਸ ਦੌਰ ਦਾ ਭਾਜੀ ਦੌਰ ਇਹ ਹੈ ਦੇਖੋ ਵੀ ਉਸ ਵਕਤ ਹਰ ਜਿਹੜਾ ਕਲਾਕਾਰ ਹੁੰਦਾ ਸੀ ਨਾ ਉਹ ਕਲਾਕਾਰ ਨੇ ਚਾਹੇ 5 ਸਾਲ ਸਿੱਖਿਆ ਹੋਵੇ ਜਾਂ 10 ਸਾਲ ਸਿੱਖਿਆ ਹੋਵੇ ਜਾਂ 20 ਸਾਲ ਸਿੱਖਿਆ ਹੋਵੇ ਮੈਂ ਦਾਦਾ ਸਾਲ ਵਾਲੇ ਤਾਂ ਅਸੀਂ ਬਹੁਤ ਹੈਗੇ ਆ ਵੀ ਜਿਨ੍ਹਾਂ ਨੇ 10 ਸਾਲ ਪਹਿਲਾਂ ਸਿੱਖਿਆ ਹੀ ਹੈ ਸਟੂਡੀਓ ਉਹਨਾਂ ਨੂੰ ਫੇਰ ਨਸੀਬ ਹੋਇਆ ਤੇ ਉਹ ਇੰਨੀ ਕੁ ਪ੍ਰੈਕਟਿਸ ਹੋ ਗਈ ਹੈ ਇੰਨਾ ਕੁ ਐਕਸਪੀਰੀਅੰਸ ਸੀਗਾ ਜਾਂ ਇੰਨੀ ਤੁਹਾਡੀ ਕਪੈਸਿਟੀ ਹੁੰਦੀ ਸੀਗਾ ਉਹਨਾਂ ਦੀ ਕਿ ਜਦੋਂ ਤੁਸੀਂ ਮਾਈਕ ਦੇ ਅੱਗੇ ਚਲੇ ਗਏ ਸਮਝਦੇ ਸੀ 1 2 3 ਨੂੰ ਸੀ ਸਮਝਦੇ ਸੀ ਕਿ ਜਦੋਂ 1 2 3 ਸਟਾਰਟ ਹੋ ਗਿਆ ਉਦੋਂ ਗਾਣਾ ਸਟਾਰਟ ਹੋ ਗਿਆ ਤੇ ਐਂਡ ਹੀ ਹੋਣਾ ਚਾਹੀਦਾ ਉਹਦਾ ਅੱਜ ਦੀ ਡੇਟ ਦੇ ਵਿੱਚ ਤੇ ਕੰਮ ਇਹ ਹੋ ਗਿਆ ਕਿ ਅੱਜ ਕੱਲ ਤਾਂ ਤੁਹਾਨੂੰ ਰਿਆਜ਼ ਕਰਨ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਜਦੋਂ ਤੁਸੀਂ ਕਿਸੇ 뮤ਜ਼ੀਕਲ ਡਾਇਰੈਕਟਰ ਕੋਲ ਜਾਂਦੇ ਹੋ ਤਾਂ ਉਹ ਤੁਹਾਨੂੰ ਇੱਕੋ ਗੱਲ ਕਹਿੰਦਾ ਵੀ ਤੇਰਾ ਬਜਟ ਕੀ ਹੈ ਬਸ 10 ਲੱਖ ਹੈ 20 ਲੱਖ ਹੈ 50 ਲੱਖ ਹੈ 2 ਕਰੋੜ ਹੈ ਤੁਸੀਂ ਉਹਨੂੰ ਬਜਟ ਦੱਸਣਾ ਉਹ ਕਹਿੰਦਾ ਹੁਣ ਤੂੰ ਘਰੇ ਜਾ ਕੇ ਸੌਂ दारू ਪੀ ਇੰਜੋਏ ਕਰ ਮਰਜ਼ੀ ਕਰ ਤੈਨੂੰ ਕੋਈ ਜ਼ਰੂਰਤ ਨਹੀਂ ਹੈ ਇੱਕ ਇੱਕ ਲਾਈਨ ਅਜ ਰਿਕਾਰਡ ਹੁੰਦੀ ਹੈ ਇੱਕ ਇੱਕ ਸ਼ਬਦ ਰਿਕਾਰਡ ਹੁੰਦਾ ਹੈ ਔਰ ਉਹਨੂੰ ਐਡਿਟ ਕਰਕੇ ਵੇ ਸੁਰ ਨੂੰ ਸਰਚ ਕਰ ਦਿੰਦੇ ਆ ਸਰਚ ਕੀਤਾ ਜਾਂਦਾ ਹੈ ਸਿਸਟਮ ਐਸੇ ਆ ਗਏ ਆ ਕਿ ਜਿਹੜੇ ਬੰਦੇ ਇਕੱਲੇ ਆਪਾਂ ਕਹਿ ਦਿੰਦੇ ਆ ਮੈਲੋਡਾਈਨ ਕਹਿੰਦੇ ਉਹਨੂੰ ਹੈਨਾ ਐਡਿਟ ਕਰਕੇ ਮੈਲੋਡਾਈਨ ਕਰ ਦਿੰਦੇ ਜਿੰਨਾ ਮਰਜ਼ੀ ਸੁਰ ਥੱਲੇ ਡਿੱਗਿਆ ਹੋਵੇ ਜਿੰਨਾ ਮਰਜ਼ੀ ਸੁਰ ਉੱਪਰ ਡਿੱਗਿਆ ਹੋਵੇ ਉਹਨੂੰ ਸਹੀ ਕਰ ਦਿੰਦੇ ਆ ਪਰ ਗੱਲ ਇਹ ਹੈ ਕਿ ਇਹ ਗਾਇਕੀ ਨਹੀਂ ਹੈ ਸਟੇਜ ਤੇ ਕੀ ਕਰਨਾ ਮੈਂ ਉਹੀ ਗੱਲ ਕਰਦਾ ਇਹ ਗਾਇਕੀ ਨਹੀਂ ਆ ਦੇਖੋ ਗਾਇਕੋ ਹੁੰਦਾ ਹੈ ਜਿਹੜਾ ਘੱਟੋ ਘੱਟ 3 ਘੰਟੇ ਮੈਂ ਗਾਇਕ ਨੂੰ ਮੰਨਦਾ ਵੀ 3 ਘੰਟੇ ਤੁਹਾਨੂੰ ਸਟੇਜ ਤੇ ਖੜਾ ਕਰ ਦਿੰਦਾ ਸਾਹਮਣੇ 80 ਸਾਲ ਦੇ ਬਜ਼ੁਰਗ ਵੀ ਬੈਠੇ ਆ 19 20 ਸਾਲ ਦੇ ਮੁੰਡੇ ਵੀ ਬੈਠੇ ਆ ਤੇ 5 7 ਸਾਲ ਦੇ ਬੱਚੇ ਵੀ ਬੈਠੇ ਆ ਤੇ ਸਾਡੀਆਂ ਮਾਤਾਵਾਂ ਪੈਣਾ ਵੀ ਬੈਠੀਆਂ ਹੁਣ ਤੁਸੀਂ ਸਾਰਿਆਂ ਨੂੰ ਖੁਸ਼ ਕਰਨਾ ਹੈ ਸਾਰਿਆਂ ਦੀ ਫਰਮਾਇਸ਼ਾਂ ਪੂਰੀਆਂ ਕਰਨੀਆਂ ਕੀ ਤੁਸੀਂ ਕਰ ਲਓਗੇ ਕੀ ਤੁਸੀਂ ਲੈਲਾ ਮਰਜ਼ੀ ਨੂੰ ਦਾ ਕਸਤਾ ਸੁਣਾ ਦੋਗੇ ਕੀ ਤੁਸੀਂ ਸ਼ੀਰੀ ਫਰਿਆਦ ਸੁਣਾ ਦੋਗੇ ਹੈਨਾ ਕੀ ਤੁਸੀਂ ਕਲਚਰ ਪਿੰਡ ਦਾ ਸੁਣਾ ਦੋਗੇ ਟ੍ਰੈਡੀਸ਼ਨਲ ਮਿਰਜ਼ਾ ਸੁਣਾ ਦੋਗੇ ਢਈਆ ਸੁਣਾ ਦੋਗੇ ਨੇਜ਼ ਲਾ ਸਕਦੇ ਤੁਸੀਂ ਤੁਹਾਡੇ ਜਿਹੜੇ ਉਹ 2-3 ਗੀਤ ਜਿਹੜੇ ਕੰਪਿਊਟਰ ਤੇ ਬਣਿਆ ਤੁਸੀਂ ਉਹੀ ਗਾਉਗੇ ਸੀਡੀ ਲਾ ਕੇ ਲੋਕਾਂ ਨੇ ਪਸੰਦ ਨਹੀਂ ਕਰਨਾ ਸੋ ਠੀਕ ਹੈ ਉਹ ਮਜਬੂਰੀ ਹੈ ਬੱਚੇ ਸ਼ੌਕੀਆ ਤੌਰ ਤੇ ਹੁੰਦੇ ਆ ਅੱਜ ਦਾ ਜਿਹੜਾ ਸੰਗੀਤ ਹੈ ਮੈਂ ਕਹਿੰਦਾ ਕਿ ਇਹ ਸੰਗੀਤ ਦੇਖਣ ਵਾਲਾ ਸੰਗੀਤ ਹੈ ਬਿਲਕੁਲ ਇਹ ਸੁਣਨ ਵਾਲਾ ਤਾਂ ਹੈ ਹੀ ਨਹੀਂ ਸੰਗੀਤ ਦਾ ਜਿਹੜਾ ਸਬੰਧ ਹੈ ਕੰਨਾਂ ਨਾਲ ਨਹੀਂ ਹੈ ਲੋਕਿੰਦੇ ਅਸੀਂ ਗਾਣਾ ਕੰਨ ਨਾਲ ਸੁਣਦੇ ਆ ਜਿਹੜੇ ਕੰਨਾਂ ਨਾਲ ਗਾਣੇ ਸੁਣਦੇ ਆ ਜਾਂ ਜਿਹੜੇ ਆਪਾਂ ਅੱਖਾਂ ਨਾਲ ਗਾਣੇ ਦੇਖਦੇ ਆ ਨਾ ਇਹ ਗਾਣੇ ਕੁਝ ਮਹੀਨਿਆਂ ਦੇ ਕੁਝ ਸਾਲਾਂ ਦੇ ਹੁੰਦੇ ਆ ਭੁੱਲ ਜਾਂਦੇ ਆ ਪਰ ਜਿਹੜਾ ਤੀਜਾ ਨੇਤਰ ਹੈ ਇਨਸਾਨ ਦੇ ਦੋ ਨੇਤਰ ਨਹੀਂ ਹੈ ਤਿੰਨ ਨੇਤਰ ਹੈ ਜਿਹੜਾ ਤੀਜੇ ਨੇਤਰ ਦੇ ਨਾਲ ਗਾਣਾ ਸੁਣਿਆ ਤੇ ਦੇਖਿਆ ਜਾਂਦਾ ਉਹ ਬਲੱਡ ਦੇ ਵਿੱਚ ਜਾਂਦਾ ਤੇ ਜਿਵੇਂ ਬਲੱਡ ਨਹੀਂ ਬੰਦੇ ਦਾ ਬਦਲਿਆ ਜਾ ਸਕਦਾ ਇਹਦਾ ਸੰਗੀਤ ਤੁਹਾਡਾ ਬਦਲਿਆ ਨਹੀਂ ਜਾ ਸਕਦਾ ਉਮਰ ਭਰ ਜੀ ਉਹ ਤੁਹਾਡੇ ਨਾਲ ਰਹਿੰਦੇ ਜੀ ਸਿੱਧੂ ਸਾਹਿਬ ਤੁਸੀਂ ਆਪ ਇੰਨੀ ਉੱਚ ਵਿੱਦਿਆ ਹਾਸਲ ਕੀਤੀ ਆਪ ਇਨਾ ਗਾਇਆ ਔਰ ਦੂਸਰੇ ਮੈਂ ਕਹਿੰਦਾ ਨਾਮਵਰ ਕਲਾਕਾਰਾਂ ਨੂੰ ਸੰਗੀਤ ਦਿੱਤਾ ਔਰ ਹੋਰ ਪ੍ਰੋਜੈਕਟਸ ਦੇ ਵਿੱਚ ਵੀ ਤੁਸੀਂ ਮਿਊਜ਼ਿਕ ਦਿੱਤਾ ਤੇ ਇਸ ਤਾਲੀਮ ਨੂੰ ਅੱਗੇ ਤੋਰ ਰਹੇ ਹੈਗੇ ਆ ਜਿਹੜੀ ਨਵੀਂ ਪੀੜ੍ਹੀ ਹੈਗੀ ਜੰਗ ਜਨਰੇਸ਼ਨ ਹੈਗੀ ਸੰਗੀਤ ਵੱਲ ਨੂੰ ਆਉਣਾ ਚਾਹੁੰਦੇ ਆ ਉਹਨਾਂ ਦੇ ਵਾਸਤੇ ਕੁਝ ਕਰ ਰਹੇ ਹੋ ਅ ਅਟਵਲ ਸਾਹਿਬ ਮੈਂ ਬੇਸਿਕਲੀ ਜਦੋਂ ਮੈਨੂੰ ਮੇਰੇ ਉਸਤਾਦ ਜੀ ਨੇ ਸਿਖਾਇਆ ਸੀ ਤੇ ਮੈਨੂੰ ਉਹਨਾਂ ਨੇ ਪ੍ਰੋਮਿਸ ਸੀ ਮੇਥੋਂ ਲਿਆ ਸਕਾ ਕਿ ਜਦੋਂ ਤੂੰ ਕੁਝ ਬਣ ਗਿਆ ਤੇ ਉਦੋਂ ਤੂੰ ਇਸ ਤਾਲੀਮ ਨੂੰ ਅੱਗੇ ਵੰਡਣਾ ਸੋ ਮੈਂ ਉਸ ਚੀਜ਼ ਨੂੰ ਬਰਕਰਾਰ ਰੱਖ ਰਿਹਾ ਹਾਂ ਮਤਲਬ ਜਿਸ ਤਰ੍ਹਾਂ ਆਪਾਂ ਮਾਸਟਰ ਸਲੀਮ ਦੀ ਗੱਲ ਕਰ ਲਈਏ ਪਹਿਲੀ ਐਲਬਮ ਚਰਖੇ ਦੀ ਕੂਕ ਹਰਪ੍ਰਜਨ ਮਾਨ ਪਾਜੀ ਉਹਨਾਂ ਦਾ ਪਹਿਲਾ ਗੀਤ ਚਿੱਠੀ ਹੈ ਨੀ ਚਿੱਠੀ ਸਾਬਰ ਕੋਟੀ ਦਾ ਪਹਿਲਾ ਗੀਤ ਰਾਜ ਬਰਾੜ ਦਾ ਪਹਿਲਾ ਗੀਤ ਸੋ ਮੰਗੀ ਮਹਲ ਦਾ ਪਹਿਲਾ ਗੀਤ ਪਹਿਲੀ ਐਲਬਮ ਮਤਲਬ ਬਹੁਤ ਸਾਰੇ ਆਰਟਿਸਟ ਹੈ ਜਿਨ੍ਹਾਂ ਨੂੰ ਮੈਂ ਬਲਰਾਜ ਅਜਮੁੰਡਾ ਇੱਕ ਬਹੁਤ ਚੱਲ ਰਿਹਾ ਹੈ ਤਾਂ ਉਹਦੀ ਪਹਿਲੀ ਟੇਪ ਬੜੇ ਐਸੇ ਆਰਟਿਸਟ ਹੈ ਜਿਨ੍ਹਾਂ ਨੂੰ ਮੈਂ ਲਾਂਚ ਕੀਤਾ ਮੈਂ ਅਕੈਡਮੀ ਬਾਬਾ ਫਰੀਦ ਸਿੰਘ ਅਕੈਡਮੀ 10 ਸਾਲ ਫਰੀਦਕੋਟ ਚ ਰਨ ਕੀਤੀ ਹੈ ਔਰ ਉਸ ਤੋਂ ਬਾਅਦ ਰਬਾਬ میوزਿਕ ਅਕੈਡਮੀ ਜਲੰਧਰ ਦੇ ਵਿੱਚ ਤੇ ਹੁਣ ਮੈਂ ਆਨਲਾਈਨ ਕਲਾਸੇ ਜਿਹੜੀਆਂ ਅਟੈਂਡ ਕਰਦਾ ਹਾਂ ਬਹੁਤ ਸਾਰੇ ਬੱਚੇ ਜਿਹੜੇ ਨਵੇਂ ਸਿੱਖ ਰਹੇ ਨੇ ਪੂਰੀ ਦੁਨੀਆ ਦੇ ਵਿੱਚੋਂ ਤੇ ਈਵਨ ਅਸੀਂ ਬਹੁਤ ਜਲਦੀ ਕੈਨੇਡਾ ਦੇ ਵਿੱਚ ਇੱਕ ਟੂਰ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਅਸੀਂ ਇੱਥੇ ਮਤਲਬ ਸਾਰੇ ਜਿਹੜੀਆਂ ਮੇਨ ਜਿੱਥੇ ਜ਼ਿਆਦਾਤਰ ਪੰਜਾਬੀ ਬੱਚੇ ਰਹਿੰਦੇ ਆ ਉੱਥੇ ਵਰਕਸ਼ਾਪ ਅਸੀਂ ਲਾਉਣੀ ਹੈ ਇੱਕ ਇੱਕ ਹਫਤਾ ਸਾਰੇ ਸ਼ਹਿਰਾਂ ਦੇ ਵਿੱਚ ਅੱਛਾ ਜੀ ਉਹਦੇ ਉਹਦੇ ਵਿੱਚੋਂ ਜਿਹੜੇ ਬੱਚੇ ਅੱਛਾ ਗਾਉਂਦੇ ਨੇ ਜਾ ਜਿਹੜੇ ਬੱਚੇ ਅੱਗੇ ਪ੍ਰੋਫੈਸ਼ਨ ਦੇ ਵਿੱਚ ਆ ਸਕਦੇ ਨੇ ਭਵਿੱਖ ਬਣ ਸਕਦਾ ਹੈ ਰੋਜ਼ਗਾਰ ਮਿਲ ਸਕਦਾ ਉਹਨਾਂ ਬੱਚਿਆਂ ਨੂੰ ਅਸੀਂ ਆਪਣੀ ਰਾਹ ਦੇਵਾਂਗੇ ਜਾਂ ਉਹਨਾਂ ਬੱਚਿਆਂ ਨੂੰ ਪਲੇਟਫਾਰਮ ਅੱਗੇ ਦੇਵਾਂਗੇ ਕਿ ਉਹਨਾਂ ਬੱਚਿਆਂ ਦੇ ਗਾਣੇ ਰਿਕਾਰਡ ਕਰਕੇ ਉਹਨਾਂ ਦੀ ਵੀਡੀਓਜ਼ ਬਣਾ ਕੇ ਉਹਨਾਂ ਨੂੰ ਪੂਰੇ ਵਰਲਡ ਲੈਵਲ ਦੇ ਉੱਤੇ ਰਿਲੀਜ਼ ਕੀਤਾ ਜਾਵੇ ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਬੱਚੇ ਇੰਡੀਆ ਤੋਂ ਇੱਥੇ ਆ ਜਾਂਦੇ ਆ ਕੈਨੇਡਾ ਅਮਰੀਕਾ ਦੇ ਵਿੱਚ ਇੱਥੇ ਉਹਨਾਂ ਨੂੰ ਮਾਹੌਲ ਨਹੀਂ ਮਿਲਦਾ ਇੱਥੇ ਉਹਨਾਂ ਨੂੰ ਕੋਈ ਐਦਾਂ ਦਾ ਬੰਦਾ ਨਹੀਂ ਮਿਲਦਾ ਜਿਹੜਾ ਬੰਦਾ ਪ੍ਰੈਕਟੀਕਲੀ ਵੀ ਟਿਊਟਰੀ ਕਰ ਸਕੇ ਉਹਨਾਂ ਨੂੰ ਹਾਂ ਕਿਉਂਕਿ ਕਈ ਕਈ ਇੱਥੇ ਸਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਸ ਬੱਚੇ ਨੂੰ ਜੇ ਗਾਇਆ ਜਾਵੇ ਜਿਸ ਤਰ੍ਹਾਂ ਮੈਂ ਉਦਾਹਰਨ ਦਿੰਦਾ ਉਹਨਾਂ ਵੀ ਗੁਲਾਮ ਅਲੀ ਸਾਹਿਬ ਵੀ ਇੱਕ ਸੁਪਰਸਟਾਰ ਨੇ ਤੇ ਕੁਲਦੀਪ ਮਾਨਕ ਸਾਹਿਬ ਵੀ ਇੱਕ ਬਹੁਤ ਵੱਡੇ ਗਾਇਈਏ ਨੇ ਦੋਨੋਂ ਬਹੁਤ ਵੱਡੇ ਗਾਇਈਏ ਆ ਪਰ ਕੁਲਦੀਪ ਮਾਨਕ ਸਾਹਿਬ ਗਜ਼ਲ ਨਹੀਂ गा ਸਕੇ ਤੇ ਗੁਲਾਮ ਅਲੀ ਸਾਹਿਬ ਕਦੇ ਕਲੀ ਨਹੀਂ गा ਸਕੇ ਤੇ गा ਨਹੀਂ ਸਕਦੇ ਉਹਦਾ ਕਾਰਨ ਇਹ ਹੈ ਕਿ ਜੌਨਰ ਦੋਨਾਂ ਦਾ ਡਿਫਰੈਂਟ ਹੈ ਸਕਿੱਲ ਦੋਨਾਂ ਦਾ ਵਖਰਾ ਜਿਵੇਂ ਕਹਿ ਦਿੱਤੀ ਕਿ ਸੁਬਾਹ ਤੋਂ ਨਾ ਗਾਇਕੀਆਂ ਦਾ ਵਖਰਾ ਸੋ ਇਸ ਤਰ੍ਹਾਂ ਜ਼ਰੂਰੀ ਹੁੰਦਾ ਹੁਣ ਜਿਹੜਾ ਬੰਦਾ ਕੋਈ ਗੁਲਾਮ अली ਸਾਹਿਬ ਦੀਆਂ ਗਜ਼ਲਾਈਂ ਗਾਊਗਾ ਉਹਨੂੰ ਕਾਪੀ ਕਰੂਗਾ ਲੇਕਿਨ ਉਹਦੀ ਆਵਾਜ਼ ਦੀ ਜੇ ਕਾਲੇ ਤੇ ਚੱਲਦੀ ਹੈ ਤਾਂ ਉਹ ਕਲਾਕਾਰ ਨਹੀਂ ਬਣ ਸਕਦਾ ساری ਉਮਰ ਹੀ ਕਈ ਲੋਕ ਇਦਾਂ ਖਰਾਬ ਕਰ ਦਿੰਦੇ ਆ ਸੋ ਉਹਨਾਂ ਲੋਕਾਂ ਨੂੰ ਦੱਸਣਾ ਕਿ ਤੁਸੀਂ ਗਾ ਸਕਦੇ ਹੋ ਤੁਹਾਨੂੰ ਕੀ ਗਾਉਣਾ ਚਾਹੀਦਾ ਹੈ ਕੀ ਤੁਸੀਂ ਡਾਂਸ ਵਾਲੇ ਗੀਤ ਗਾਓ ਕੀ ਤੁਸੀਂ ਰੋਮਾਂਟਿਕ ਗੀਤ ਗਾਓ ਕਈ ਕਲਾਕਾਰ ਹੁੰਦੇ ਉਹਨਾਂ ਦੇ ਰੋਮਾਂਟਿਕ ਗੀਤ ਹੁੰਦੇ ਆ ਕਈ ਕਲਾਕਾਰ ਹੁੰਦੇ ਉਹਨਾਂ ਦੇ ਨੱਚਣ ਵਾਲੇ ਗਾਣੇ ਹੁੰਦੇ ਆ ਸੋ ਇਹ ਵੀ ਫਰਕ ਹੁੰਦਾ ਹੈ ਜਿਸ ਤਰ੍ਹਾਂ ਕਾਟਨ ਦਾ ਤੇ ਪਲਸਟਰ ਦਾ ਫਰਕ ਹੈ ਨਾ ਹੈ ਕੱਪੜਾ ਤਾਂ ਢੱਕਣ ਵਾਸਤੇ ਹੈ ਪਰ ਤਸਵੀਰ ਦੋਨਾਂ ਦੀ ਵਕਰੀ ਹੈ ਸਿੰਗਿੰਗ ਦੇ ਵਿੱਚ ਵੀ ਇਦਾਂ ਸੋ ਉਹ ਕੋਸ਼ਿਸ਼ ਕਰ ਰਹੇ ਆ ਕਿ ਜਲਦੀ ਅਸੀਂ ਉਹ ਪਲਾਨ ਕਰਕੇ ਬੱਚਿਆਂ ਨੂੰ ਇੱਕ ਅੱਛਾ ਪਲੇਟਫਾਰਮ ਦੀ ਹੈ ਤੇ ਇਹਦੀ ਇਨਫੋਰਮੇਸ਼ਨ ਜੇ ਕੋਈ ਆਨਲਾਈਨ ਲੈਣਾ ਚਾਹੇ ਕੋਈ ਪਲੈਟਫਾਰਮ ਹੈ ਅਜੇ ਜਾਂ ਨਹੀਂ ਜੀ ਬਿਲਕੁਲ ਨਰਮਲ ਸਿੱਧੂ میوزਿਕ ਤੁਸੀਂ WhatsApp ਦੇ ਉੱਤੇ ਵੀ ਔਰ Facebook ਤੇ Instagram ਤੇ TikTok ਤੇ ਨਰਮਲ ਸਿੱਧੂ میوزਿਕ ਤੁਸੀਂ ਕਰ ਲਓਗੇ ਤਾਂ ਉੱਥੇ ਟੀਮ ਜਿਹੜੀ ਹੈ ਤੁਹਾਡੇ ਨਾਲ ਕੰਟੈਕਟ ਕਰੇਗੀ ਔਰ ਬਾਕੀ ਜਦੋਂ ਵੀ ਆਫੀਸ਼ੀਅਲ ਕੰਮ ਹੋਊਗਾ ਤੇ ਸ਼ੁਰੂਆਤ ਉਹਦੀ Red FM ਤੋਂ ਹੀ ਹੋਣੀ ਹੈ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੇ ਲਿਸਨਰ ਨੇ Red FM ਦੇ ਲੋਕ ਇਨਾ ਸਤਿਕਾਰ ਕਰਦੇ ਪਿਆਰ ਕਰਦੇ ਤੇ ਵਿਸ਼ਵਾਸ ਕਰਦੇ ਆ ਜੀ ਮੈਂ ਚਾਹੂੰਗਾ ਜੀ ਸਾਡੇ ਸਰੋਤਿਆਂ ਦੇ ਨਾਲ ਕਿਉਂਕਿ ਟਾਈਮ ਆਪਣਾ ਸਮਾਪਤ ਹੈਗਾ ਤੇ ਕੋਈ ਆਪਣੇ ਦਿਲ ਦੇ ਵਿੱਚ ਗਹਿਰਾਈਆਂ ਦੇ ਵਿੱਚੋਂ ਕੋਈ ਦੋ ਲਾਈਨਾਂ ਸਾਂਝੀਆਂ ਕਰ ਸਕੋ ਬਿਲਕੁਲ ਜੀ ਮੈਂ ਸਭ ਤੋਂ ਪਹਿਲਾਂ ਤਾਂ ਜਿੰਨੀਆਂ ਵੀ ਭੈਣਾਂ ਤੇ ਜਿੰਨੇ ਵੀ ਭਰਾ ਉਹਨਾਂ ਸਾਰਿਆਂ ਨੂੰ ਮੈਂ ਰੱਖੜੀ ਦਾ ਪਵਿੱਤਰ ਤਿਹਾਰ ਕੀ ਹੁੰਦੇ ਆ ਇੱਕ ਯਾਦ ਕਰਾਉਣਾ ਹੁੰਦਾ ਕਿਸੇ ਚੀਜ਼ ਨੂੰ ਸੋ ਇਹ ਦਿਨ ਬਣਨੇ ਜਾਂਦੇ ਆ ਉਹਦੇ ਤੇ ਮੈਂ ਦੋ ਲੈਣਾ ਜਿਹੜੀਆਂ ਉਹ ਭੈਣਾਂ ਨੂੰ ਤੇ ਭਰਾਵਾਂ ਨੂੰ ਮੁਖਤਬ ਕਰਨ ਲੱਗਾ ਜੀ ਵੇ ਤੇਰੇ ਸਿਰ ਤੇ ਸਜੇ ਚੀਰਾ ਸਿਰ ਤੇ ਸਜੇ ਚੀਰਾ ਰਖੜੀ ਮਹਤਾਬਣਣੀ ਵੇ ਕੋਈ ਗਿਫਟ ਤਾਂ ਦੇ ਵੀਰਾ ਰਖੜੀ ਮਹਤਾਬਣਣੀ ਕੋਈ ਗਿਫਟ ਤਾਂ ਦੇ ਵੀਰਾ ਤੇ ਭਰਾ ਕਹਿੰਦਾ ਆ ਜਾ ਮੇਰੇ ਕੋਲ ਪਿੰਡ ਟੈਣੇ ਨੀ ਪੜੇ ਆ ਜਾ ਮੇਰੇ ਕੋਲੇ ਪਿੰਡ ਟੈਣੇ ਆਜਾ ਮੇਰੇ ਕੋਲੇ ਪਿੰਡ ਟੈਣੇ ਨਹੀਂ ਗਿਫਟਾਂ ਦੀ ਥੋੜ ਕੋਈ ਨਾ ਉਹ ਜਰਾ ਰਖੜੀ ਤਾਂ ਬਨ ਪਹਿਣੇ ਨਹੀਂ ਗਿਫਟਾਂ ਦੀ ਥੋੜ ਕੋਈ ਨਾ ਮੇਰੇ ਰਖੜੀ ਤਾਂ ਬਨ ਪਹਿਣੇ ਕੀ ਬਾਤ ਹੈ ਕੀ ਬਾਤ ਹੈ ਜੀ ਔਰ ਸਾਡੇ ਸਾਰੇ ਦਰਸ਼ਕਾਂ ਨੂੰ ਵੀ ਜੀ ਰਖੜੀ ਦੇ ਇਸ ਸ਼ੋਭ ਮੌਕੇ ਦੇ ਉੱਤੇ ਬਹੁਤ ਬਹੁਤ ਸ਼ੋਭੇ ਸ਼ਾਮਾ ਸ਼ੋਭ ਦੁਆਮਾ ਪੈਣਾ ਭਰਾਵਾਂ ਦਾ ਪਿਆਰ ਹਮੇਸ਼ਾ ਬਣਿਆ ਰਹੇ ਸਿੱਧੂ ਸਾਹਿਬ ਟੈਣਾ ਪਿੰਡ ਤੁਹਾਡੇ ਨਾਲ ਜੁੜਿਆ ਹੋਇਆ ਹੈ ਔਰ ਸਵਰਨ ਸਿੰਘ ਟੈਣਾ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਆ ਤੁਸੀਂ ਦੋਨੇ ਵੈਲ ਨੋਨ ਦੁਨੀਆ ਭਰ ਦੇ ਵਿੱਚ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਜੀ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਜੀ ਕੁਝ ਪਲਾਂ ਦੇ ਵਾਸਤੇ ਤੁਹਾਡੇ ਬਹੁਤ ਬਹੁਤ ਧੰਨਵਾਦੀਆਂ ਜੀ ਅਖੀਰ ਦੇ ਵਿੱਚ ਆਪਣੇ ਪਿਆਰਿਆਂ ਨੂੰ ਆਪਣੇ ਫੈਨਸ ਨੂੰ ਜੇ ਕੁਝ ਕਹਿਣਾ ਚਾਹਤਾਂ ਸਰੋਤੇ ਤੇ ਮੇਰਾ ਪ੍ਰਮਾਤਮਾ ਤੇ ਮੇਰਾ ਗੁਰੂ ਸਦਾ ਮੇਰੇ ਅੰਗ ਸੰਗ ਹੈ ਬڑے ਚਰਤੋਂ ਮੈਨੂੰ ਪਿਆਰ ਕਰ ਰਹੇ ਨੇ ਐਦਾ ਹੀ ਪਿਆਰ ਕਰ ਦੇ ਰਹੇ ਨੇ ਮੈਂ ਬਹੁਤ ਵਧੀਆ ਵਧੀਆ ਗੀਤ ਇੱਕ ਮੈਂ ਦੱਸਣਾ ਚਾਹੁੰਗਾ ਕਿ ਇੱਕ ਮੈਂ ਗੀਤ ਲੈ ਕੇ ਆ ਰਿਹਾ ਜੀ ਬਹੁਤ ਜਲਦੀ ਸਰਪ੍ਰਾਈਜ਼ ਹੈ ਇਸ ਤਰ੍ਹਾਂ ਦਾ ਗੀਤ ਕੋਈ ਮੈਨੂੰ ਲੱਗਦਾ ਅਸ ਤੱਕ ਆਇਆ ਨਹੀਂ ਹੋਣਾ ਜਿਸ ਤਰ੍ਹਾਂ ਅਸੀਂ ਐਕਟਰ ਡਾਇਰੈਕਟਰ ਜਿਹੜੇ ਹੁੰਦੇ ਨੇ ਨਾ ਸ਼ਾਹਰੂਖ ਖਾਨ ਦੇ ਧਰਮਿੰਦਰ ਦੇ ਬੱਚੇ ਪੋਤ ਪੋਤਿਆਂ ਬਾਰੇ ਲੋਕਾਂ ਨੂੰ ਪਤਾ ਹੈ ਲੇਕਿਨ ਜਿਹੜੇ ਸਾਡੇ 10 ਗੁਰੂ ਸਹਿਬਾਨ ਹੋਏ ਆ ਉਹਨਾਂ ਦਾ ਕੰਟੀਨਿਊ ਜੇਕਸ਼ਨ ਪੁੱਛੇ ਵੀ ਤੀਜੇ ਗੁਰੂ ਦਾ ਨਾਮ ਕੀ ਸੀ ਸਤਵੇਂ ਗੁਰੂ ਸਾਹਿਬਾਨ ਦਾ ਨਾਮ ਕੀ ਸੀ ਸਾਡੇ ਬੱਚਿਆਂ ਨੂੰ ਨਹੀਂ ਪਤਾ ਤੇ ਵੱਡਿਆਂ ਨੂੰ ਨਹੀਂ ਪਤਾ ਸੋ ਮੈਂ ਇੱਕ ਚੀਜ਼ ਐਸੀ ਬਣਾਈ ਹੈ ਜਿਹਦੇ ਵਿੱਚ ਮੈਂ ਬੱਚਿਆਂ ਨੂੰ ਇਨਵੋਲਵ ਕਰਕੇ ਉਹ ਦਸਾਂ ਗੁਰੂ ਸਾਹਿਬਾਨਾਂ ਦਾ ਨਾਮ ਪੜਟਾਉਣਾ ਹੈ ਬੱਚਿਆਂ ਨੂੰ ਕਿ ਸਾਡੇ ਪਹਿਲੇ ਗੁਰੂ ਨਾਨਕ ਦੇਵ ਜੀ ਦੂਜੇ ਗੁਰੂ ਅੰਗਦ ਦੇਵ ਜੀ ਐ ਇਸ ਤਰ੍ਹਾਂ ਮਤਲਬ ਦਸ ਗੁਰੂ ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਉਹਨਾਂ ਦਾ ਸਾਡੀ ਜ਼ਿੰਦਗੀ 'ਚ ਕੀ ਰੋਲ ਹੈ ਸਾਡੀ ਲਾਈਫ 'ਚ ਕੀ ਰੋਲ ਹੈ ਉਦੇ ਬਾਰੇ ਅਸੀਂ ਜਾਣਨਾ ਪਾਉਂਦੀ ਕੋਸ਼ਿਸ਼ ਕੀਤੀ ਹੈ ਇਹ ਟਰੈਕ ਬਹੁਤ ਜਲਦੀ ਜਿਹੜਾ ਆਪਾਂ ਲਾਂਚ ਕਰਾਂਗੇ ਬਹੁਤ ਥੋੜੇ ਦਿਨਾਂ ਦੇ ਵਿੱਚ ਸੋ ਇਸ ਗੀਤ ਨੂੰ ਵੱਧ ਤੋਂ ਵੱਧ ਆਪਾਂ ਜਿਹੜਾ ਸੁਣਨਾ ਤੇ ਆਪਣੇ ਬੱਚਿਆਂ ਨੂੰ ਸੁਣਾਉਣਾ ਤੇ ਬਜ਼ੁਰਗਾਂ ਨੂੰ ਵੀ ਸੁਣਾਉਣਾ ਹੈ ਜੀ ਬਹੁਤ-ਬਹੁਤ ਮਿਹਰਬਾਨੀ ਅੱਜ ਸਮਾਂ ਦੇਣ ਦਾ ਵਾਸਤੇ ਇਹ ਸੰ ਗਾਇਕ ਅਤੇ ਸੰਗੀਤਕਾਰ ਨਿਰਮਲ ਸਿੱਧੂ ਜੀ ਤੇ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਜੀ ਉਮੀਦ ਕਰਦਾ ਹਾਂ ਸਾਡਾ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਪਸੰਦ ਆਇਆ ਹੋਵੇਗਾ ਬਲਵਿੰਦਰ ਸਿੰਘ ạtਵਾਲ ਨੂੰ ਇੱਥੇ ਹੀ ਜਾਸਦੇ ਹੋ ਸਤਿ ਸ੍ਰੀ ਅਕਾਲ ਹੈਵ ਅ ਵੰਡਰਫੁਲ ਡੇ